ਜਦੋਂ ਮੈਂ ਅਪਲਾਈ ਕੀਤਾ ਮੈਂ ਕੋਈ ਸਕੂਲ ਨਹੀਂ ਛੱਡਿਆ, ਮੈਨੂੰ ਕਿਤੇ ਜੌਬ ਨਹੀਂ ਮਿਲੀ। ਆਈ ਵਾਸ ਲਾਈਕ 1-1.5 ਸਾਲ ਤੱਕ ਮੈਂ ਧੱਕੇ ਖਾਧੇ ਕਿ ਇੰਨਾ ਪੜ੍ਹ ਲਿਖ ਕੇ ਵੀ ਤੁਹਾਨੂੰ ਇਸ ਕੰਟਰੀ ਦੇ ਵਿੱਚ ਕੋਈ ਵੀ ਜੌਬ ਨਹੀਂ ਮਿਲ ਰਹੀ। ਰੱਬ ਨੂੰ ਆਪਾਂ ਕੋਸਦੇ ਹਾਂ ਵੀ ਹਾਏ ਰੱਬਾ ਮੇਰੇ ਨਾਲ ਕਿਉਂ ਹੋ ਰਿਹਾ ਇਹ। ਸੋ ਜਦੋਂ ਇਹ ਓਪਰਚੁਨਿਟੀ ਆਈ ਇਹਨੇ ਮੇਰੀ ਲਾਈਫ ਚੇਂਜ ਕਰਤੀ, ਬਟ ਮੈਨੂੰ ਇਦਾਂ ਸੀਗਾ ਮੈਂ ਤਾਂ ਬਿਜ਼ਨਸ ਨਹੀਂ ਕਰ ਸਕਦੀ। How important do you think spouse the support? ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਲਾਈਕ ਸਾਰਾ ਕੁਛ ਖੜਾ ਹੀ ਉਸ ਚੀਜ਼ ਤੇ ਹੈ। ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ, ਔਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ। ਤੇ ਉਹ ਐਜੂਕੇਸ਼ਨ ਨਾਲ ਤੁਸੀਂ ਕੁਛ ਵੀ ਕਰ ਸਕਦੇ ਹੋ ਲਾਈਫ ਦੇ ਵਿੱਚ। ਜਿਹੜਾ ਹਾਰਡ ਵਰਕ ਹੈ ਨਾ, ਇਹ ਵਰਡ ਨਹੀਂ ਹੈਗਾ ਇੱਕ, ਵੀ ਹੈਵ ਟੂ ਡੂ ਇਟ। ਵੀ ਹੈਵ ਟੂ ਡੂ ਇਟ, ਇਹ ਕਰਨਾ ਪੈਂਦਾ, ਇਹ ਵਰਬ ਹੈ, ਕਰਨਾ ਪੈਂਦਾ। ਕੁਈਨਸ ਪਲੈਟੀਨਮ ਜੁਬਲੀ ਅਵਾਰਡ ਕੋਈ ਛੋਟਾ ਅਵਾਰਡ ਨਹੀਂ ਹੁੰਦਾ, ਕਾਫੀ ਵੱਡਾ ਅਵਾਰਡ ਹੈ ਇਹ ਕੈਨੇਡਾ ਭਰ ਦੇ ਵਿੱਚ। ਆਪਾਂ ਗੱਲ ਕਰੀਏ, ਉਹਨਾਂ ਲੋਕਾਂ ਨੂੰ ਇਹ ਦਿੱਤਾ ਜਾਂਦਾ ਜਿਹੜੇ ਕਿ ਸੋਸਾਇਟੀ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਇੰਪੈਕਟ ਪਾ ਰਹੇ ਨੇ। ਪਹਿਲਾਂ ਤਾਂ ਇਹ ਅਵਾਰਡ ਜਦੋਂ ਮਿਲਿਆ, ਕਿਵੇਂ ਮਿਲਿਆ, ਕਿਵੇਂ ਤੁਸੀਂ ਨੋਮੀਨੇਟ ਹੋਏ ਇਸ ਅਵਾਰਡ ਬਾਰੇ, ਉਹ ਸਾਰੀ ਪ੍ਰੋਸੈਸ ਬਾਰੇ ਦੱਸੋ ਸਾਨੂੰ। ਕੁਈਨ ਐਲਿਜ਼ਾਬੈਥ ਅਵਾਰਡ ਇਹ ਮੈਨੀਟੋਬਾ ਦੇ ਵਿੱਚ ਕਾਫੀ ਲੋਕਾਂ ਨੂੰ ਮਿਲਿਆ, ਜਿਹੜੇ ਜਿਨ੍ਹਾਂ ਦੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੈਗੀ ਹੈ ਮੈਨੀਟੋਬਾ ਦੇ, ਮੈਨੀਟੋਬਾ ਨੂੰ। ਰਾਈਟ, ਇਹ ਜਿਹੜੇ ਇੱਥੋਂ ਦੇ MLAs ਆ ਉਹਨਾਂ ਨੇ ਨੋਮੀਨੇਟ ਕੀਤੇ ਸੀ ਕੁਝ ਲੋਕਾਂ ਨੂੰ, ਐਂਡ ਆਈ ਵਾਸ ਨੋਮੀਨੇਟਿਡ ਬਾਈ MLA ਸਿੰਡੀ ਲੈਮਰੂ। ਸੋ ਉਹਨਾਂ ਨੇ ਮੈਨੂੰ ਕਾਫੀ ਵਾਚ ਕੀਤਾ ਐਂਡ ਨੋਮੀਨੇਟ ਕੀਤਾ। ਮੈਨੂੰ ਲੈਟਰ ਆਈ ਐਂਡ ਆਈ ਵਾਸ ਲਾਈਕ, ਦਸੰਬਰ ਦੀ ਗੱਲ ਆ ਇਹ, ਦਸੰਬਰ 1st week ਦੀ, ਐਂਡ ਮੈਨੂੰ ਲੈਟਰ ਆਏ ਐਂਡ ਆਈ ਵਾਸ ਲਾਈਕ ਵੀ ਕੀ ਚੀਜ਼ ਹੈ। ਇੱਕ ਵਾਰ ਤੁਸੀਂ ਜਦੋਂ ਕੁਈਨ ਐਲਿਜ਼ਾਬੈਥ ਦਾ ਨਾਮ ਪੜ੍ਹਦੇ ਹੋ ਉਹ ਹੋ ਜਾਂਦਾ ਵੀ ਵਾਟ ਇਜ਼ ਦਿਸ, ਹੈ ਨਾ। ਸੋ ਸੋਚਿਆ ਹੀ ਨਹੀਂ ਸੀ ਕਦੇ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਅਵਾਰਡ ਵੀ ਕੋਈ ਮਿਲੂਗਾ। ਐਂਡ ਫਿਰ ਇਹਨਾਂ ਨੇ ਸਾਰੇ ਜਿਹੜੇ MLA ਸੀਗੇ ਉਹਨਾਂ ਨੇ ਸਾਨੂੰ ਪਾਰਲੀਮੈਂਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸਾਨੂੰ ਇਨਵਾਈਟ ਕੀਤਾ, ਐਂਡ ਉੱਥੇ ਸਾਰਿਆਂ ਨੂੰ ਉਹਨਾਂ ਨੇ ਡਿਫਰੈਂਟ ਕੈਟੇਗਰੀ ਸੀਗੀਆਂ ਉਹਨਾਂ ਨੇ ਸਾਨੂੰ ਫਿਰ ਅਵਾਰਡ ਦਿੱਤਾ। ਕਿਆ ਤੁਹਾਨੂੰ ਕਿਹੜੀ ਕੈਟੇਗਰੀ ਦੇ ਵਿੱਚ ਮਿਲਿਆ? ਐਜੂਕੇਸ਼ਨ ਦੇ ਨਾਲ ਰਿਲੇਟਡ ਸੀਗਾ ਮੇਰਾ, ਕਿਉਂਕਿ ਮੈਂ ਐਜੂਕੇਸ਼ਨ ਬੱਚਿਆਂ ਦੇ ਨਾਲ ਕੰਮ ਕਰ ਰਹੀ ਹਾਂ। ਸੋ ਐਜੂਕੇਸ਼ਨ ਇਜ਼ ਇਹ ਇੱਕ ਨੋਬਲ ਕੌਜ਼ ਵੀ ਹੈਗਾ, ਐਂਡ ਹਰ ਬੱਚੇ ਦੀ ਫਿਊਚਰ ਦੇ ਵਿੱਚ ਜਿਹੜਾ ਉਹਨਾਂ ਦੇ ਬਿਲਡਿੰਗ ਬਲੋਕਸ ਉਹਨਾਂ ਦੇ ਵਿੱਚ ਮੈਂ ਹੈਲਪ ਕਰ ਰਹੀ ਹਾਂ ਸਿੰਸ ਲਾਸਟ ਸੋ ਮੈਨੀ ਈਅਰਸ, ਐਂਡ ਉਹ ਸਟੈਪ ਬਾਏ ਸਟੈਪ ਜਿਹੜਾ ਪ੍ਰੋਸੈਸ ਹੁੰਦਾ ਗਿਆ ਉਹ ਕਾਫੀ ਵਧੀਆ ਰਿਵਿਊਜ਼ ਆ ਰਹੇ ਪੇਰੈਂਟਸ ਦੇ ਵੱਲੋਂ ਜਿਸ ਹਿਸਾਬ ਨਾਲ ਮੈਂ ਕੰਮ ਕਰ ਰਹੀ ਹਾਂ, ਐਂਡ ਉਹਦੇ ਨਾਲ ਰਿਲੇਟਡ ਹੀ ਮੈਨੂੰ ਅਵਾਰਡ ਮਿਲਿਆ ਹੈ। ਨਮਨਦੀਪ, ਮੈਂ ਆਪਣੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਜੀ, ਵਿਨੀਪੈਗ ਦੇ ਵਿੱਚ ਬੇਸਡ ਹੈਗੇ ਨੇ, ਮੈਥ ਫੋਰ ਮੀ ਇੱਕ ਇੰਸਟੀਚਿਊਟ ਹੈ ਜਿਹੜਾ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਸਪੋਰਟ ਕਰਦਾ। ਸੋ ਉਹ ਇੰਸਟੀਚਿਊਟ ਜਿਹੜਾ ਹੈਗਾ ਨਮਨਦੀਪ ਓਨ ਕਰਦੇ ਨੇ, ਉਹਨੂੰ ਚਲਾਉਂਦੇ ਨੇ, ਸ਼ੀ ਇਜ਼ ਐਨ ਐਂਟਰਪ੍ਰੀਨਿਓਰ। ਕਿੰਨਾ ਸਮਾਂ ਹੋਇਆ ਕੈਨੇਡਾ ਹੈ? 12 ਇਅਰਸ ਆਈ ਕੇਮ ਹੇਅਰ ਇਨ 2010। 2010 ਦੇ ਵਿੱਚ ਆਏ? ਹਾਂਜੀ, 12 ਸਾਲ ਹੋ ਗਏ ਜੀ ਮੈਨੂੰ। ਸੋ 12 ਸਾਲਾਂ ਦੇ ਵਿੱਚ ਇੱਥੇ ਤੱਕ ਪਹੁੰਚਣਾ, ਇਹ ਜਿਹੜੀ ਜਰਨੀ ਹੈ, ਹੁਣ ਤਾਂ ਬਹੁਤ ਸਕਸੈਸਫੁਲ ਲੱਗ ਰਹੀ ਹੈ, ਹੁਣ ਤਾਂ ਇੱਦਾਂ ਲੱਗਦਾ ਵੀ ਨਮਨਦੀਪ ਇਜ਼ ਅ ਸਕਸੈਸਫੁਲ ਐਂਟਰਪ੍ਰੀਨਿਓਰ, ਨਮਨਦੀਪ ਕਿਸੇ ਹੋਰ ਵਾਸਤੇ ਇੰਸਪੀਰੇਸ਼ਨ ਸਾਬਤ ਹੋ ਸਕਦੇ ਆ, ਹੋਰ ਲੋਕ ਨਮਨਦੀਪ ਨੂੰ ਦੇਖ ਕੇ ਜਿਹੜੇ ਅੱਜ ਆਏ ਨੇ ਕੈਨੇਡਾ ਦੇ ਵਿੱਚ, ਜਿਹੜੇ ਨਵੇਂ ਆਏ ਆ ਕੈਨੇਡਾ ਦੇ ਵਿੱਚ, ਦੇ ਕੈਨ ਲੁੱਕ ਅਪੋਨ ਯੂ ਕਿ ਨਮਨਦੀਪ ਇੱਕ ਨਾਮ ਹੈ। ਪਰ ਜਦੋਂ ਨਮਨਦੀਪ ਆਈ ਸੀ ਇੱਥੇ 2010 ਦੇ ਵਿੱਚ, ਉਹ ਜਿਹੜੀ ਸਟਰਗਲ ਹੈ ਉਹਦੇ ਬਾਰੇ ਦੱਸੋ ਸਾਨੂੰ। ਹਾਂਜੀ, ਨਮਨ ਆਈ ਸੀ ਇੱਥੇ, ਐਕਚੁਲੀ ਮੈਂ ਟੋਰੋਂਟੋ ਆਈ ਸੀ 2010 ਦੇ ਵਿੱਚ, ਉੱਥੇ ਅਸੀਂ 4 ਸਾਲ ਰਹੇ ਹਾਂ। ਵਿਨੀਪੈਗ ਦੇ ਵਿੱਚ ਅਸੀਂ 2014 'ਚ ਮੂਵ ਹੋਏ ਹਾਂ, ਬਟ 2010 ਦੇ ਵਿੱਚ ਜਦੋਂ ਸਾਡੀ ਮੈਰਿਜ ਹੋਈ ਸੀ ਐਂਡ ਉਸ ਤੋਂ ਬਾਅਦ ਮੇਰੇ ਬੇਬੀ ਗਰਲ ਹੋਈ ਸੀ, ਮੇਰੇ ਹਸਬੈਂਡ ਨੇ ਕਿਹਾ ਸੀਗਾ ਵੀ ਕੰਮ ਨਹੀਂ ਕਰਨਾ ਹਲੇ, ਲਾਈਕ ਬੱਚਿਆਂ ਮਤਲਬ ਕਿ ਬੇਟੀ ਨੂੰ ਦੇਖ, ਹੈ ਨਾ, ਕਿਉਂਕਿ ਇੱਥੇ ਕਾਫੀ ਪ੍ਰੋਬਲਮ ਸੀ, ਮੇਰੇ ਪੇਰੈਂਟਸ ਵੀ ਇੱਥੇ ਹੈ ਨਹੀਂ ਸੀ, ਮੇਰੇ ਲੌਂਸ ਵੀ ਨਹੀਂ ਸੀਗੇ, ਐਂਡ ਆਈ ਵਾਜ਼ ਲਾਈਕ ਠੀਕ ਆ, ਹੈ ਨਾ, ਵੀ ਮੈਨੂੰ ਤਾਂ ਵਧੀਆ ਘਰੇ ਆਰਾਮ ਨਾਲ ਐਸ਼, ਵੀ ਕਿਉਂਕਿ ਹਰ ਬੰਦੇ ਨੂੰ ਇੱਥੇ ਕੰਮ ਕਰਨਾ ਪੈਂਦਾ ਜਦੋਂ ਵੀ ਆਉਂਦੇ ਆ। ਬਟ ਮੇਰੇ ਹਸਬੈਂਡ ਸਪੋਰਟਿਵ ਸੀਗੇ, ਉਹ ਕਹਿੰਦੇ ਵੀ ਤੇਰੀ ਇੰਨੀ ਐਜੂਕੇਸ਼ਨ, ਆਈ ਡੋਂਟ ਵਾਂਟ ਕਿ ਵੀ ਤੂੰ ਕਿਤੇ ਇੱਧਰ ਉੱਧਰ ਕੰਮ ਕਰੇ, ਵੀ ਤੂੰ ਐਜੂਕੇਸ਼ਨ ਦੇ ਨਾਲ ਰਿਲੇਟਡ ਟੀਚਿੰਗ ਪ੍ਰੋਫੈਸ਼ਨ 'ਚ ਜਾਈ ਵੀ ਜਦੋਂ ਵੀ ਜਾਏਂਗੀ, ਹੈ ਨਾ। ਫਿਰ 2014 ਦੇ ਵਿੱਚ ਅਸੀਂ ਵਿਨੀਪੈਗ ਮੂਵ ਹੋ ਗਏ, ਉਹ 4-5 ਸਾਲਾਂ ਦੀ ਸੀਗੀ, ਐਂਡ ਆਈ ਵਾਜ਼ ਲਾਈਕ ਮੈਂ ਘਰੇ ਕੀ ਬੈਠੀ ਕਰਦੀ ਹਾਂ, ਹੈ ਨਾ, ਸਾਰਾ ਦਿਨ ਮੇਰੇ ਕੋਲ ਇੰਨੀ ਐਜੂਕੇਸ਼ਨ ਹੈ, ਵਾਈ ਆਈ ਐਮ ਐਟ ਹੋਮ, ਕਿ ਮੈਂ ਕਿਉਂ ਨਹੀਂ ਬਾਹਰ ਨਿਕਲਦੀ। ਮੈਂ ਸਭ ਨੂੰ ਦੇਖਦੀ ਸੀ ਆਸੇ ਪਾਸੇ, ਸਾਰੇ ਕੰਮ ਕਰਨ ਜਾਂਦੇ ਸੀ, ਭਾਵੇਂ ਕੋਈ ਐਜੂਕੇਟਡ ਸੀ ਭਾਵੇਂ ਜਿਹੜੇ ਕਿ ਅਨਐਜੂਕੇਟਡ ਸੀ, ਉਹ ਵੀ ਕੰਮ ਕਰਨ ਜਾਂਦੇ ਸੀਗੇ। ਮੈਨੂੰ ਅੰਦਰੋਂ ਹੋਣ ਲੱਗ ਗਿਆ ਸੀ ਕਿ ਆਈ ਸ਼ੁੱਡ ਗੋ ਆਊਟ, ਮੈਂ ਜਾ ਕੇ ਕੰਮ ਕਰਾਂ, ਬਹੁਤ ਜ਼ਿਆਦਾ ਮੈਨੂੰ ਹੋਣ ਲੱਗ ਗਿਆ ਸੀ। ਐਂਡ ਦੈਨ ਫਿਰ ਮੈਂ ਆਪਣੇ ਸਰਟੀਫਿਕੇਟਸ ਵਗੈਰਾ ਦੇਖੇ, ਮੈਂ ਕਿਉਂਕਿ ਮੈਂ ਟੀਚਰ ਬਣਨਾ ਚਾਹੁੰਦੀ ਸੀ, ਮੈਨੂੰ ਸ਼ੁਰੂ ਤੋਂ ਟੀਚਿੰਗ ਦਾ ਸ਼ੌਕ ਸੀਗਾ, ਮੇਰੇ ਮੋਮ ਵੀ ਟੀਚਰ ਆ, ਹੈ ਨਾ, ਮੇਰੀ ਐਜੂਕੇਸ਼ਨ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਦੈਨ ਫਿਰ ਮੈਂ ਬੀਐਡ ਕੀਤੀ। ਸੋ ਮੈਂ ਉਹਦੇ 'ਚ ਹੀ ਮੇਰਾ ਇੰਟਰਸਟ ਸੀਗਾ, ਬਟ ਜਦੋਂ ਮੈਂ ਅਪਲਾਈ ਕੀਤਾ ਮੈਂ ਕੋਈ ਸਕੂਲ ਨਹੀਂ ਛੱਡਿਆ,
ਮੈਨੂੰ ਕਿਤੇ ਜੌਬ ਨਹੀਂ ਮਿਲੀ। ਆਈ ਵਾਸ ਲਾਈਕ 1-1.5 ਸਾਲ ਤੱਕ ਮੈਂ ਧੱਕੇ ਖਾਦੇ, ਮੈਨੂੰ ਕਿਸੇ ਨੇ ਵੀ ਜੌਬ ਨਹੀਂ ਦਿੱਤੀ। ਮੈਂ ਉਹਨਾਂ ਨੇ ਇਹ ਮਤਲਬ ਕਿ ਆਫਿਸ 'ਚ ਕਹਿਣਾ ਵੀ ਮੈਨੂੰ ਵਾਲੰਟੀਅਰ ਹੀ ਰੱਖ ਲਓ, ਮੇਰਾ ਕੋਈ ਐਕਸਪੀਰੀਅੰਸ ਬਣ ਜਾਊਗਾ, ਪਲੀਜ਼ ਮੈਨੂੰ ਵੀ ਜੌਬ ਚਾਹੀਦੀ ਆ। ਬਟ ਮੈਨੂੰ ਜੌਬ ਨਹੀਂ ਮਿਲੀ। ਆਈ ਵਾਸ ਸੋ ਡਿਸਹਾਰਟਨ, ਹੈ ਨਾ, ਵੀ ਇੰਨਾ ਪੜ੍ਹ ਲਿਖ ਕੇ ਵੀ ਤੁਹਾਨੂੰ ਇਸ ਕੰਟਰੀ ਦੇ ਵਿੱਚ ਕੋਈ ਵੀ ਜੌਬ ਨਹੀਂ ਮਿਲ ਰਹੀ। ਯੂ ਵੋਂਟ ਬਿਲੀਵ, ਮੈਂ ਇਵਨ ਕਿ ਟਿਮ ਹਾਰਟਨ, ਵਾਲਮਾਰਟ, ਸੁਪਰ ਸਟੋਰ, ਜਿਹੜੇ ਲੋਕਲ ਸਟੋਰ ਸੀਗੇ, ਮੈਂ ਉੱਥੇ ਸਰਵਾਈਵਲ ਜੌਬਸ ਹੁੰਦੀਆਂ ਨੇ। ਹਾਂਜੀ, ਮੈਨੂੰ ਉੱਥੇ ਵੀ ਜੌਬ ਨਹੀਂ ਮਿਲਦੀ ਸੀਗੀ। ਬਟ ਮੇਰੇ ਹਸਬੈਂਡ ਕਹਿ ਰਹੇ ਸੀ ਵੀ ਇਟਸ ਓਕੇ ਵੀ ਮੈਂ ਕਮਾ ਰਿਹਾ ਨਾ। ਮੈਂ ਕਿਹਾ ਤੁਸੀਂ ਕਮਾ ਰਹੇ ਹੋ, ਬਟ ਇੱਕ ਜਿਹੜੀ ਆਪਣੀ ਸੈਟਿਸਫੈਕਸ਼ਨ ਹੁੰਦੀ ਹੈ, ਮੈਂ ਖੁਦ ਕਮਾਵਾਂ, ਹੈ ਨਾ, ਵੀ ਆਪਣੇ ਮੈਂ ਪੈਰਾਂ 'ਤੇ ਖੜਾਂ। ਹਾਲਾਂਕਿ ਉਹਨਾਂ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਲਾਈਕ ਸਭ ਕੁਛ ਸੀਗਾ। ਰੱਬ ਨੂੰ ਪਕੋਸਦੇ ਹਾਂ ਵੀ ਹਾਏ ਰੱਬਾ ਮੇਰੇ ਨਾਲ ਕਿਉਂ ਹੋ ਰਿਹਾ ਇਹ, ਬਟ ਕੋਈ ਵੱਡਾ ਦਰਵਾਜ਼ਾ ਹੁੰਦਾ ਤੁਹਾਡੀ ਲਾਈਫ 'ਚ। ਸੋ ਜਦੋਂ ਇਹ ਓਪਰਚੁਨਿਟੀ ਆਈ, ਇਹਨੇ ਮੇਰੀ ਲਾਈਫ ਚੇਂਜ ਕਰਤੀ। ਬਟ ਉਹ ਤੋਂ ਉਦੋਂ ਵੀ ਮੈਨੂੰ ਇੱਦਾਂ ਸੀਗਾ, ਮੈਂ ਤਾਂ ਬਿਜ਼ਨਸ ਨਹੀਂ ਕਰ ਸਕਦੀ। ਮੇਰੇ ਡੈਡ ਡਾਕਟਰ ਨੇ, ਮੇਰੇ ਮੋਮ ਟੀਚਰ ਨੇ, ਔਰ ਸਾਡੀ ਫੈਮਿਲੀ 'ਚ ਸਾਰੇ ਜੌਬਸ ਵਾਲੇ ਨੇ, ਕੋਈ ਲਾਇਰ ਆ, ਕੋਈ ਟੀਚਰ ਆ, ਕੋਈ ਡਾਕਟਰ ਆ, ਕੋਈ ਫੈਮਿਲੀ 'ਚ ਕੋਈ ਬਿਜ਼ਨਸ ਪਰਸਨ ਨਹੀਂ ਹੈਗਾ। ਨੋਟ ਮਾਈ ਕੱਪ ਆਫ ਟੀ ਆ। ਜਿਹੜੇ ਮੈਟਫੋਰਮੀ ਦੇ ਡਾਇਰੈਕਟਰ ਨੇ ਉਹ ਅਤੇ ਮੇਰੇ ਹਸਬੈਂਡ, ਉਹਨਾਂ ਨੂੰ ਸੀਗਾ ਕਿ ਨਮਨ ਯੂ ਕੈਨ ਡੂ ਇਟ। ਮੈਂ ਕਿਹਾ ਸੀ ਆਈ ਕੈਨ ਡੂ ਇਟ। ਇੰਟਰਸਟਿੰਗ ਗੱਲ ਇਹ ਹੈ, ਜਿਹੜੀ ਮੇਰੀ ਟ੍ਰੇਨਿੰਗ ਸੀ ਵੀ, ਤੁਸੀਂ ਅੱਜ ਸਰੀ ਤੋਂ ਮੈਨੂੰ ਇੰਟਰਵਿਊ ਕਰ ਰਹੇ ਹੋ, ਮੇਰੀ ਟ੍ਰੇਨਿੰਗ ਵੀ ਸਰੀ 'ਚ ਹੀ ਸੀਗੀ। ਸੋ ਆਈ ਵੈਂਟ ਦੇਅਰ, ਉੱਥੇ ਟ੍ਰੇਨਿੰਗ ਲੈ ਰਹੀ ਸੀ ਮੈਂ, ਬਹੁਤ ਕੰਪਲੀਕੇਟਿਡ ਸੀ, ਟੂ ਮੱਚ, ਲਾਈਕ ਯੂ ਨੋ, ਮੈਂ ਛੱਡਤਾ ਸੀ ਸਾਰਾ ਕੁਛ। ਆਈ ਸੈਡ ਆਈ ਕੈਨ ਡੂ ਇਟ, ਕਿਉਂਕਿ ਕਾਫੀ ਜ਼ਿਆਦਾ ਕੰਮ ਸੀਗਾ ਜਾਂ ਕੰਪਲੀਕੇਟਿਡ ਸੀ। ਮੈਂ ਰੋਣ ਲੱਗ ਪਈ ਸੀ। ਆਈ ਸਟਿਲ ਰਿਮੈਂਬਰ ਦ ਡੇ ਆਈ ਸੈਡ ਆਈ ਕੈਨ ਡੂ ਇਟ। ਬਟ ਐਨੀ ਹਾਓ, ਚਲੋ ਮੈਂ ਕੀਤਾ, ਕੰਪਲੀਟ ਕੀਤਾ, ਐਂਡ ਦੈਨ ਆਈ ਕੇਮ ਬੈਕ ਹੇਅਰ ਇਨ ਵਿਨੀਪੈਗ ਟ੍ਰੇਨਿੰਗ ਲੈ ਕੇ। ਫਿਰ ਥੋੜ੍ਹੇ 3-4 ਮਹੀਨੇ ਲੱਗਦੇ ਆ ਜਦੋਂ ਤੁਸੀਂ ਬਿਜ਼ਨਸ ਸੈਟਅਪ ਕਰਦੇ ਹੋ, ਰਾਈਟ? ਜਦੋਂ ਮੈਂ ਸਟਾਰਟ ਕੀਤਾ, ਥੋੜ੍ਹੀਆਂ ਜਿਹੀਆਂ ਉਹ ਸੀਗੀਆਂ, ਰਜਿਸਟ੍ਰੇਸ਼ਨਸ ਹੋਈਆਂ, ਐਂਡ ਦੈਨ ਉਦੋਂ ਕੀ ਸੀਗਾ, ਖੁਦ ਮੈਂ ਆਫਿਸ ਵਰਕ ਕਰਦੀ ਸੀ, ਖੁਦ ਮੈਂ ਪੜ੍ਹਾਉਂਦੀ ਸੀ, ਐਂਡ ਖੁਦ ਸਭ ਕਲੀਨ ਅਪ ਐਂਡ ਆਲ ਦੈਟ ਕਰਨਾ, ਲਾਈਕ ਬੌਸ ਵੀ ਸੀਗੀ ਐਂਡ ਉਹ ਜਿਹੜਾ ਕਹਿੰਦੇ ਇੰਪਲੋਈ ਵੀ ਸੀ, ਰਾਈਟ? ਹੌਲੀ 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 ਬੱਚੇ ਵੱਧਦੇ ਗਏ, ਐਂਡ ਆਫਟਰ 1 month ਆਈ ਕੇਮ ਟੂ ਨੋ ਆਈ ਐਮ ਪ੍ਰੈਗਨੈਂਟ। ਓ, ਜਦ ਤੁਸੀਂ ਆਪਣਾ ਬਿਜ਼ਨਸ ਖੋਲ ਲਿਆ, ਉਸ ਤੋਂ 1 ਮਹੀਨੇ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਪ੍ਰੈਗਨੈਂਟ ਹੋ? ਹਾਂਜੀ, ਪ੍ਰੈਗਨੈਂਟ ਹਾਂ ਮੈਂ, ਐਂਡ ਦੈਟ ਵਾਸ, ਆਈ ਵਾਸ ਹੈਪੀ ਫਾਰ ਦੈਟ, ਬਟ ਇਟ ਵਾਸ ਲਾਈਕ ਬਿਜ਼ਨਸ ਨੂੰ ਨਵਾਂ ਸਟਾਰਟ ਕਰਨਾ, ਰਾਈਟ? ਐਂਡ ਦੈਨ ਬੇਬੀ, ਜਦੋਂ ਦੋਵੇਂ ਬੇਬੀ ਸੀ ਇਹ ਮੇਰੇ, ਇਹ ਦੋ ਕੈਲੋ ਟਵਿੰਸ ਹੋ ਗਏ ਸੀਗੇ, ਉਹ ਦੋਵਾਂ ਨੂੰ ਮੈਨੇਜ ਕਰਨਾ ਵਿਦਆਊਟ ਐਨੀ ਹੈਲਪ, ਕੋਈ ਹੈਲਪ ਨਹੀਂ ਸੀ ਘਰ, ਲਾਈਕ ਮੇਰੇ ਪੇਰੈਂਟਸ ਵੀ ਐਂਡ ਮੇਰੇ ਇਨ ਲੋਜ਼ ਇੰਡੀਆ ਹੀ ਆ, ਹੈ ਨਾ, ਉਹ ਮਤਲਬ ਕਿ ਆਉਂਦੇ ਜਾਂਦੇ ਰਹਿੰਦੇ ਸੀਗੇ, ਬਟ ਉਸ ਟਾਈਮ 'ਤੇ ਉਹ ਨਹੀਂ ਸੀਗੇ, ਉਹ ਨਾ, ਕਿਉਂਕਿ ਮਾਮਾ ਜੋਬ 'ਚ ਸੀਗੇ, ਹੈ ਨਾ, ਸੋ ਆ ਨਹੀਂ ਪਾਏ ਉਹ। ਐਨੀ ਹਾਓ, ਕਰਦੇ ਗਏ, ਕਾਫੀ ਵਧੀਆ ਰਿਸਪੋਂਸ ਮਿਲਿਆ ਮੈਨੂੰ, ਬਹੁਤ ਵਧੀਆ ਰਿਸਪੋਂਸ ਮਿਲਿਆ। ਐਂਡ ਆਫਟਰ 9 months ਜਦੋਂ ਮੇਰਾ ਬੇਟਾ ਹੋਇਆ, ਗੌਰਮੈਂਟ ਵੀ ਕਹਿੰਦੀ ਹੈ ਕਿ ਵੀ 1 ਸਾਲ ਦੀ ਹੁਣ ਮੈਥ ਲਈ ਹੁੰਦੀ ਹੈ, ਬਿਲਕੁਲ, ਰਾਈਟ? ਐਂਡ ਆਈ ਵਾਸ ਲਾਈਕ 1 month ਦਾ ਮੈਂ ਆਫ ਲੈ ਲਿਆ ਸੀ, ਆਈ ਹਾਇਰਡ ਸਮਵਨ, ਚਲੋ ਵੀ ਚੱਲ ਪਏਗਾ, ਹੈ ਨਾ, ਸੋ 1-2 ਮਹੀਨੇ ਬਾਅਦ ਆਈ ਵਿਲ ਬੀ ਬੈਕ ਟੂ ਵਰਕ। ਆਫਟਰ 2 weeks ਜਦੋਂ ਮੇਰਾ ਬੇਟਾ ਹੋਇਆ, ਆਈ ਹੈਵ ਟੂ ਗੋ ਬੈਕ ਟੂ ਵਰਕ। ਉਹਦਾ ਇਹ ਰੀਜ਼ਨ ਸੀ, ਮੇਰੀ ਜਿਹੜੀ ਮੈਂ ਹਾਇਰ ਕੀਤੀ ਸੀ ਉਹਨੂੰ ਕਿਸੇ ਪ੍ਰੋਬਲਮ ਕਰਕੇ ਸ਼ੀ ਹੈਜ਼ ਟੂ ਗੋ ਬੈਕ, ਐਂਡ ਮੇਰੀ ਪ੍ਰੈਗਨੈਂਸੀ 'ਚ ਕਾਫੀ ਕੰਪਲੀਕੇਸ਼ਨਸ ਚੱਲ ਰਹੀਆਂ ਸੀਗੀਆਂ, ਐਂਡ ਆਫਟਰ 2 weeks ਮੈਨੂੰ ਬੈਕ ਟੂ ਵਰਕ ਆਉਣਾ ਪਿਆ। ਆਈ ਸਟਿਲ ਰਿਮੈਂਬਰ ਮੇਰੇ ਹਸਬੈਂਡ, ਜਦੋਂ ਮੇਰੇ ਬੇਟਾ ਸਟੋਰ ਰੂਮ 'ਚ ਹੁੰਦੇ ਸੀ ਪਿੱਛੇ, ਐਂਡ ਆਈ ਵਾਜ਼ ਇਨ ਦਾ ਆਫਿਸ ਡੂਇੰਗ ਮਾਈ ਵਰਕ, ਕਦੇ ਉਹ ਮਾਰਚ, ਠੰਡ ਦਾ ਮਹੀਨਾ ਸੀਗਾ, ਉਦੋਂ ਕਦੇ ਉਹ ਕਾਰ 'ਚ ਬੈਠਦੇ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਬੱਚਾ ਰੋ ਰਿਹਾ, ਸਮਥਿੰਗ ਲਾਈਕ ਦੈਟ। ਪੇਰੈਂਟਸ ਹੁੰਦੇ ਸੀ, ਬੱਚੇ ਹੁੰਦੇ ਸੀ, ਆਈ ਹੈਵ ਟੂ ਮੈਨੇਜ ਐਵਰੀਥਿੰਗ, ਸੋ ਉਹ ਜਿਹੜਾ ਪਾਰਟ ਸੀਗਾ ਕਾਫੀ ਹਾਰਡ ਪਾਰਟ ਸੀਗਾ। ਫਿਰ 1 time ਇਹ ਵੀ ਆਇਆ, ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਆਪਦੇ ਬੇਟੇ ਨੂੰ, ਫਿਰ ਹਸਬੈਂਡ ਨੇ ਵੀ ਕੰਮ 'ਤੇ ਜਾਣਾ ਹੁੰਦਾ, ਕਿੰਨੇ ਕੁ ਆਫ ਲੈ ਲੈਣ, ਰਾਈਟ? ਇੱਥੇ ਨਹੀਂ ਚੱਲਦਾ। ਮੈਂ ਆਪਣੇ ਬੇਟੇ ਨੂੰ ਕਾਰ ਸੀਟ 'ਚ ਆਫਿਸ ਦੇ ਥੱਲੇ ਟੇਬਲ ਦੇ ਥੱਲੇ ਰੱਖਣਾ, ਹੈ ਨਾ, ਸੋ ਇਟ ਵਾਜ਼ ਰੀਅਲੀ ਹਾਰਡ ਫੋਰ ਮੀ ਕਿ ਉਹ ਰੋ ਨਾ ਪਵੇ, ਆਈ ਹੈਵ ਟੂ ਫੀਡ ਹਿਮ। 1-2 ਪੇਰੈਂਟਸ ਨੇ ਆ ਕੇ, ਇਟਸ ਅ ਮਲਟੀਕਲਚਰ ਪ੍ਰੋਗਰਾਮ, ਸਪੈਸ਼ਲੀ ਜਿਹੜੇ ਗੋਰੇ ਸੀ, ਉਹਨਾਂ ਨੇ ਨਾ ਮੈਨੂੰ ਐਪਰੀਸ਼ੀਏਟ ਕਰਤਾ ਕਿ ਤੁਸੀਂ ਬੇਬੀ ਸਿਟ ਵੀ ਕਰ ਰਹੇ ਹੋ ਐਂਡ ਤੁਸੀਂ ਕੰਮ ਵੀ ਕਰ ਰਹੇ ਹੋ। ਮੈਨੂੰ ਉਹ ਚੀਜ਼ ਨੇ ਇੰਨੀ ਹਿੰਮਤ ਦੇਤੀ, ਮੋਟੀਵੇਟ, ਸੋ ਮੈਂ, ਹਾਂਜੀ, ਮੈਨੂੰ ਆਈ ਵਾਸ ਲਾਈਕ ਇਟਸ ਫਾਈਨ, ਨਮਨ ਇਟਸ ਫਾਈਨ। ਮੈਨੂੰ ਸੀ ਵੀ ਪਹਿਲਾਂ ਲੋਕ ਕੀ ਕਹਿਣਗੇ ਵੀ ਆਪਣੇ ਬੱਚੇ ਨੂੰ ਇੱਥੇ ਲੈ ਕੇ ਆਉਂਦੀ ਹੈ, ਰਾਈਟ?
ਸੋ ਮੈਨੂੰ ਜੋ ਦੋ ਤਿੰਨ ਲੋਕਾਂ ਨੇ ਕਹਿ ਤਾ ਆਈ ਵਾਸ ਲਾਈਕ ਮੈਨੂੰ ਬੜੀ ਹਿੰਮਤ ਆਈ ਆਈ ਵਾਸ ਸੋ ਮੋਟੀਵੇਟਡ ਆਈ ਵਾਸ ਬੈਕ ਔਨ ਟਰੈਕ ਇੱਕ ਮੇਰੀ ਜਿਹੜੀ ਬੇਟੀ ਸੀਗੀ ਉਹਦੀ ਮੈਨੂੰ ਬਹੁਤ ਵੱਡੀ ਹੈਲਪ ਸੀਗੀ ਸ਼ੀ ਇਜ਼ ਲਾਈਕ ਅ ਹਾਊ ਸੈਕਿੰਡ ਓਲਡ ਵਾਸ ਮਾਮ ਸ਼ੀ ਜਦੋਂ ਮੇਰਾ ਬੇਟਾ ਹੋਇਆ ਸ਼ੀ ਵਾਸ 6 ਅੱਛਾ 6 ਸਾਲਾਂ ਦੀ ਬੱਚੀ ਹਾਂਜੀ ਅੱਛਾ 6 ਸਾਲਾਂ ਦੀ ਬੱਚੀ ਸੀ ਉਹਨੇ ਮੇਰਾ ਬਹੁਤ ਸਾਥ ਦਿੱਤਾ ਉਹਨੇ ਮਤਲਬ ਕਿ ਕਈ ਵਾਰੀ ਫੀਡ ਵੀ ਕਰ ਦੇਣਾ ਸੀ ਕਾਰ 'ਚ ਉਹਨੇ ਕਾਰ 'ਚ ਬੈਠੇ ਹੋਣਾ ਮਤਲਬ ਕਿ ਮੇਰੇ ਹਸਬੈਂਡ ਨਾਲ ਮਤਲਬ ਕਿ ਉਹ ਵੀ ਉਹ ਹੁਣ ਸੈਕਿੰਡ ਮਾਮ ਹੈ ਮੇਰੇ ਬੇਟੇ ਦੀ ਜਦੋਂ ਤੁਸੀਂ ਬਿਜ਼ਨਸ ਚਲਾਉਣੇ ਹੋ ਨਾ ਤੁਹਾਨੂੰ 100% ਆਪਣਾ ਦੇਣਾ ਪੈਂਦਾ ਤੇ ਮੈਨੂੰ ਘਰੋਂ ਕੋਈ ਹੈਲਪ ਨਹੀਂ ਸੀਗੀ ਲਾਈਕ ਕਿਉਂਕਿ ਮੇਰੇ ਪੇਰੈਂਟਸ ਜਾਂ ਮੇਰੇ ਇਨ-ਲਾਜ਼ ਇੱਥੇ ਨਹੀਂ ਸੀਗੇ ਘਰ ਵੀ ਸਾਰਾ ਘਰ ਦਾ ਕੰਮ ਕਰਨਾ ਐਂਡ ਦੈਨ ਤੁਸੀਂ ਬਿਜ਼ਨਸ ਚਲਾ ਰਹੇ ਹੋ ਬੱਚੇ ਵੀ ਦੇਖ ਰਹੇ ਹੋ ਉਹ ਸਾਰਾ ਇੱਕ ਬਾਲ ਬਣ ਗਈ ਸੀਗੀ ਉਹ ਨਹੀਂ ਹੋ ਰਹੀ ਸੀ ਜਦੋਂ ਓਪਨ ਨਹੀਂ ਹੋ ਰਹੀ ਸੀ ਵੀ ਹਾਊ ਟੂ ਹਾਊ ਹਾਊ ਸ਼ੁਡ ਆਈ ਡੂ ਇਟ ਬਟ ਇਹ ਸੀਗਾ ਵੀ ਮੇਰੇ ਹਸਬੈਂਡ ਦੀ ਬਹੁਤ ਸਪੋਰਟ ਸੀ ਮੇਰਾ ਬ੍ਰਦਰ ਸੀ ਉਸ ਟਾਈਮ ਮੇਰੇ ਨਾਲ ਉਹਨਾਂ ਦੀ ਬਹੁਤ ਸਪੋਰਟ ਸੀਗੀ ਐਂਡ ਦੈਨ ਮੇਰੀ ਬੇਟੀ ਸੋ ਅਸੀਂ ਰਲ ਮਿਲ ਕੇ ਇਹ ਸਾਰਾ ਜਿਹੜਾ ਬਣਿਆ ਹੋਇਆ ਸੀ ਉਹ ਵੀ ਜਸਟ ਫਾਈਂਡ ਦ ਸੋਲੂਸ਼ਨਸ ਟੂ ਐਵਰੀ ਪ੍ਰੋਬਲਮ ਡੈਫੀਨੇਟਲੀ ਤੁਸੀਂ ਰਲ ਮਿਲ ਕੇ ਕੀਤਾ ਬਟ ਨਮਨ ਇੱਕ ਗੱਲ ਇਹ ਵੀ ਹੈਗੀ ਹੈ ਵੀ ਯੂ ਨੈਵਰ ਗੇਵ ਅਪ ਹਾਂਜੀ ਭਾਵੇਂ ਭਾਵੇਂ ਪ੍ਰੋਬਲਮਸ ਆ ਰਹੀਆਂ ਸੀ ਭਾਵੇਂ ਚੈਲੰਜਸ ਆ ਰਹੇ ਸੀ ਬਹੁਤ ਸਾਰੇ ਚੈਲੰਜਸ ਆ ਰਹੇ ਸੀ ਜਿਵੇਂ ਤੁਸੀਂ ਦੱਸਿਆ ਚੈਲੰਜਸ ਸੀਗੇ ਹਾਂਜੀ ਜਿਵੇਂ ਤੁਸੀਂ ਦੱਸਿਆ ਵੀ ਇੱਕ ਪਾਸੇ ਉਹ ਨਵਾਂ ਬਿਜ਼ਨਸ ਤੇ ਇੱਕ ਪਾਸੇ ਛੋਟਾ ਬੱਚਾ ਪਰ ਤੁਹਾਡੀ ਸਟੋਰੀ ਸੁਣ ਕੇ ਜੇ ਇੱਕ ਬੰਦਾ ਵੀ ਇਹ ਸੋਚ ਲੇ ਨੋ ਆਈ ਡੋਨਟ ਹੈਵ ਟੂ ਗਿਵ ਅਪ ਜੇ ਉਹ ਇੰਨੇ ਚੈਲੰਜਸ ਫੇਸ ਕਰਕੇ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਸਕਦੀ ਆ ਤਾਂ ਮੈਂ ਵੀ ਹੋ ਸਕਦਾ ਜਾਂ ਮੈਂ ਵੀ ਹੋ ਸਕਦੀ ਹਾਂ ਅੱਛਾ ਨਮਨ ਕਿੰਨਾ ਕੁ ਇੰਪੋਰਟੈਂਟ ਹੈ ਤੁਸੀਂ ਆਪਣੇ ਤਜਰਬੇ ਨਾਲ ਵੀ ਦੱਸਿਓ ਉੱਦਾਂ ਵੀ ਜ਼ਿਕਰ ਕਰਾਂਗੇ ਜਨਰਲੀ ਵੀ ਗੱਲ ਕਰਦੇ ਹਾਂ ਇਹਦੇ ਬਾਰੇ ਹਾਊ ਇੰਪੋਰਟੈਂਟ ਡੂ ਯੂ ਥਿੰਕ ਸਪਾਊਸ ਦੀ ਸਪੋਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਲਾਈਕ ਸਾਰਾ ਕੁਛ ਖੜਾ ਹੀ ਉਸ ਚੀਜ਼ 'ਤੇ ਹੈ ਸੋ ਜਿੱਦਾਂ ਮੇਰੀ ਸਟੋਰੀ ਸੀ ਜਦੋਂ ਮੈਨੂੰ ਇਹ ਓਪਰਚੁਨਿਟੀ ਆਈ ਸੀ ਜੇ ਮੇਰੇ ਹਸਬੈਂਡ ਕਹਿ ਦਿੰਦੇ ਤੂੰ ਕਿੱਥੋਂ ਬਿਜ਼ਨਸ ਕਰ ਲੇਂਗੀ ਜੋਬ ਕਰ ਚੱਲ ਰਾਈਟ ਬਟ ਉਹਨਾਂ ਨੇ ਮੈਨੂੰ ਪੁੱਛ ਕੀਤਾ ਕਿ ਨਮਨ ਯੂ ਕੈਨ ਡੂ ਇਟ ਜੋ ਮੈਨੂੰ ਕਹਿ ਦਿੰਦੇ ਜਾਂ ਹੁਣ ਮੇਰੇ ਬ੍ਰਦਰ ਸੀ ਉਹਨੇ ਵੀ ਮੈਨੂੰ ਪੁੱਛ ਕੀਤਾ ਦੀਦੀ ਤੁਸੀਂ ਕਰ ਸਕਦੇ ਹੋ ਨਾ ਅਸੀਂ ਥੋੜ੍ਹਾ ਸਾਥ ਦੇਵਾਂਗੇ ਜੇ ਵੀ ਸੋ ਮੇਰੇ ਪਿੱਛੇ ਬੈਕ ਸਪੋਰਟ ਬਹੁਤ ਵੱਡੀ ਸੀ ਮੇਰਾ ਬ੍ਰਦਰ ਸੀ ਮੇਰੇ ਹਸਬੈਂਡ ਸੀਗੇ ਉਹ ਮੇਰੇ ਨਾਲ ਸੀ ਉਦੋਂ ਜੇ ਉਹਨਾਂ 'ਚੋਂ ਕੋਈ ਵੀ ਕਹਿ ਦਿੰਦਾ ਵੀ ਨਹੀਂ 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 ਬਾਹਰ ਨਹੀਂ ਜਾਣਾ ਕੁੜੀਆਂ ਥੋੜ੍ਹੀ ਬਿਜ਼ਨਸ ਕਰਦੀਆਂ ਰਾਈਟ ਸੋ ਕਿਉਂਕਿ ਸਾਡੀ ਫੈਮਿਲੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਾਪਾ ਮੰਮਾ ਨੇ ਐਜੂਕੇਸ਼ਨ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈ ਬਹੁਤ ਜ਼ਿਆਦਾ ਸੋ ਉਹਨਾਂ ਨੇ ਐਜੂਕੇਸ਼ਨ ਕਰਕੇ ਕਾਫੀ ਸੈਕਰੀਫਾਈਸਿਸ ਆ ਮੇਰੇ ਡੈਡ ਦੇ ਮੋਮ ਡੈਡ ਦੇ ਐਂਡ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ ਔਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਜ਼ਿੰਦਗੀ 'ਚ ਪੈਸਾ ਉੱਪਰ ਥੱਲੇ ਆ ਜਾਊ ਸਭ ਕੁਛ ਕੋਈ ਅੱਜ ਆਪਣੇ ਕੋਲ ਕਾਰਾਂ ਕੱਲ੍ਹ ਨਹੀਂ ਹੋਣਗੀਆਂ ਬਟ ਜਿਹੜੀ ਐਜੂਕੇਸ਼ਨ ਆ ਇਟ ਵਿਲ ਆਲਵੇਜ਼ ਸਟੇ ਵਿਦ ਯੂ ਤੇ ਉਹ ਐਜੂਕੇਸ਼ਨ ਨਾਲ ਤੁਸੀਂ ਕੁਛ ਵੀ ਕਰ ਸਕਦੇ ਹੋ ਲਾਈਫ ਦੇ ਵਿੱਚ ਇੱਕ ਸਪੋਰਟ ਹੁੰਦੀ ਹੈ ਸੋ ਮੈਂ ਉਹ ਵੀ ਕਹਿ ਰਹੀ ਸੀ ਮੈਨੂੰ ਪਿੱਛੋਂ ਵੀ ਪੇਰੈਂਟਸ ਦੀ ਵੀ ਕਾਫੀ ਸਪੋਰਟ ਸੀ ਆਲਵੇਜ਼ ਉਹ ਕਹਿੰਦੇ ਤੁਸੀਂ ਪੜ੍ਹੋ ਸਭ ਕੁਛ ਸਾਨੂੰ ਕਦੇ ਕੁਛ ਕਰਨ ਨਹੀਂ ਦਿੱਤਾ ਮੋਮ ਡੈਡ ਵੀ ਪੜ੍ਹੋ 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 ਹੈ ਨਾ ਉਹਨਾਂ ਨੇ ਸਾਡੀ ਐਜੂਕੇਸ਼ਨ ਕਰਕੇ ਪਹਿਲਾਂ ਅਸੀਂ ਕਿਤੇ ਰਹਿੰਦੇ ਸੀ ਡੈਡ ਮੋਮ ਮੋਮ ਡੈਡ ਨੂੰ ਅਸੀਂ ਕਾਨਵੈਂਟ ਸਕੂਲ 'ਚ ਪੜ੍ਹਾਉਣਾ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਹੋਵੇ ਤਾਂ ਕਿ ਅੱਗੇ ਜਾ ਕੇ ਉਹ ਮੈਂ ਦੇਖਦੀ ਹਾਂ ਜੇ ਸਾਨੂੰ ਐਜੂਕੇਸ਼ਨ ਉਹਨੇ ਦਿੱਤੀ ਅੱਜ ਅਸੀਂ ਇੱਥੇ ਬੈਠੇ ਹਾਂ ਮੇਰੇ ਸਿਸਟਰ ਵੀ ਵੈਲ ਸੈਟਲ ਨੇ ਉਹ ਵੀ ਸਰੀ 'ਚ ਹੀ ਆ ਐਂਡ ਬ੍ਰਦਰ ਇੱਥੇ ਵਿਨੀਪੈਗ ਵਧੀਆ ਸਭ ਦੀ ਐਜੂਕੇਸ਼ਨ ਹੈ ਐਜੂਕੇਸ਼ਨ ਉਹਨੇ ਇੰਨੀ ਇੰਪੋਰਟੈਂਸ ਦਿੱਤੀ ਸੇਮ ਮੈਂ ਆਪਣੇ ਉਹੀ ਡਿਪਾਰਟਮੈਂਟ 'ਚ ਹੈਗੀ ਹਾਂ ਐਂਡ ਉਹੀ ਹੁਣ ਮੈਂ ਅੱਗੇ ਬੱਚਿਆਂ ਨੂੰ ਪਾਸ ਔਨ ਕਰ ਰਹੀ ਹਾਂ ਜੋ ਅੱਜ ਹੈ ਮੈਂ ਨਮਨ ਮਾਂਗਟ ਜੋ ਹੈ ਨਮਨ ਮਾਂਗਟ ਧਾਲੀਵਾਲ ਮੈਂ ਦੋਵੇਂ ਸਰਨੇਮ ਯੂਜ਼ ਕਰਦੀ ਹਾਂ ਮੈਂ ਮਾਂਗਟ ਵੀ ਯੂਜ਼ ਕਰਦੀ ਹਾਂ ਧਾਲੀਵਾਲ ਵੀ ਜੋ ਮੈਨੂੰ ਪੇਰੈਂਟਸ ਨੇ ਦਿੱਤਾ ਉਹ ਵੀ ਮੈਂ ਅੱਗੇ ਲੈ ਕੇ ਜਾ ਰਹੀ ਹਾਂ ਸੋ ਉਹਨਾਂ ਨੇ ਮੈਨੂੰ ਹਰ ਜੋ ਮੈਂ ਅੱਜ ਹਾਂ ਦੁਨੀਆ ਅੱਗੇ ਉਹ ਪਿੱਛੇ ਜਿਹੜੀ ਬੈਕ ਮੇਰੇ ਪਿੱਲਰਸ ਆ ਸਟਰੋਂਗ ਪਿੱਲਰਸ ਉਹ ਹਸਬੈਂਡ ਹੈ ਬ੍ਰਦਰ ਉਹਨਾਂ ਕਰਕੇ ਅੱਜ ਮੈਂ ਨਮਨ ਸੁਪਨਾ ਸੁਪਨਾ ਜਿਹਾ ਲੱਗਦਾ ਵੀ ਕੈਨੇਡਾ ਆ ਗਏ ਤੇ ਕੈਨੇਡਾ ਆ ਕੇ ਸੈਟਲ ਹੋ ਗਏ ਤੇ ਉੱਥੇ ਇੱਥੇ ਮੈਨੂੰ ਸੀਗਾ ਮੈਨੂੰ ਬਹੁਤ ਸੀਗਾ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀ ਮੈਂ ਪਾਪਾ ਨੂੰ ਕਹਿਣਾ ਕਿ ਮੈਂ ਬਾਹਰ ਜਾਣਾ ਜਹਾਜ਼ ਦੇ ਜਿਵੇਂ ਸਭ ਤੇ ਹੁੰਦੇ ਸੀ ਆਪਾਂ ਐਰੋਪਲੇਨ ਦੇਖਦੇ ਹੁੰਦੇ ਸੀ ਵੀ ਪਾਪਾ ਬਾਹਰ ਜਾਣਾ ਚਲੋ ਬਾਹਰ ਆ ਗਏ ਰਾਈਟ ਐਂਡ ਪਰ ਜੋ ਅੱਜ ਹੁਣ ਮੇਰੀ ਲਾਈਫ 'ਚ ਹੋ ਰਿਹਾ ਉਹ ਮੈਨੂੰ ਵਾਕਈ ਸੁਪਨਾ ਲੱਗਦਾ ਵੀ ਇੰਨਾ ਕੁਛ ਨਹੀਂ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਇਹ ਕੁਛ ਨਹੀਂ ਮੈਂ ਸੋਚਿਆ ਸੀ ਮੈਂ ਬਸ ਇਹੀ ਸੋਚਿਆ ਸਿੰਪਲ ਜੀ ਲਾਈਫ ਮਤਲਬ ਕਿ ਵੀ ਜੋਬ ਕਰਾਂ ਹੈ ਨਾ ਵੀ ਵੈਲ ਸੈਟਲਡ ਹੋਵਾਂ ਫੈਮਲੀ ਹੋਵੇ ਦੈਟਸ ਇਟ ਬਟ ਹੁਣ ਮੈਂ ਕਮਿਊਨਿਟੀ 'ਚ ਲੋਕਾਂ 'ਚ ਕਾਫੀ ਇਨਵੋਲਵਡ ਹੈ ਕਿੰਨੀਆਂ ਪ੍ਰੋਬਲਮਸ ਮੇਰੇ ਕੋਲ ਆਉਂਦੀਆਂ ਐਵਰੀ ਡੇ ਕਿੰਨੇ ਬੱਚੇ ਉਹਦੇ ਪੇਰੈਂਟਸ ਮਤਲਬ ਕਿ ਆਈ ਟ੍ਰਾਈ ਮਾਈ ਲੈਵਲ ਬੈਸਟ ਉਹਨਾਂ ਨੂੰ ਮੈਂ ਸੋਲਵ ਕਰਾਂ ਹੁਣ ਜਦੋਂ ਕੰਨਾਂ ਨੂੰ ਸੁਣਨ ਨੂੰ ਮਿਲਦਾ ਨਾ ਕਿ ਨਮਨ ਤੁਸੀਂ ਸਾਡੇ ਲਈ ਇੰਸਪੀਰੇਸ਼ਨ ਹੋ ਮੋਟੀਵੇਸ਼ਨ ਹੋ ਲਾਈਕ
ਉਹ ਮੈਨੂੰ ਹੁੰਦੇ ਕਿੱਦਾਂ ਹੋ ਗਿਆ ਸਾਰਾ ਕੁਝ, ਇਹ ਸੋਚਿਆ ਨਹੀਂ ਸੀ ਕਦੇ ਮੈਂ, ਬਟ ਮਿਹਨਤ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ। ਜਿਹੜਾ ਹਾਰਡ ਵਰਕ ਹੈ ਨਾ, ਇਹ ਵਰਡ ਨਹੀਂ ਹੈਗਾ ਇੱਕ, ਵੀ ਹੈਵ ਟੂ ਡੂ ਇਟ, ਵੀ ਹੈਵ ਟੂ ਡੂ ਇਟ, ਇਹ ਕਰਨਾ ਪੈਂਦਾ, ਇਹ ਵਰਬ ਹੈ, ਕਰਨਾ ਪੈਂਦਾ। ਯੂ ਹੈਵ ਟੂ ਡੂ ਸੋ ਮਚ ਟੂ ਗੇਨ, ਜੋ ਤੁਸੀਂ ਲਾਈਫ 'ਚ ਜੇ ਕਰਨਾ ਚਾਹੁੰਦੇ ਹੋ ਇਹ ਹੈਗਾ। ਜੇ ਤੁਸੀਂ ਸੱਚੇ ਮਨ ਨਾਲ ਕੁਛ ਵੀ ਕਰਦੇ ਹੋ ਨਾ, ਪਰਮਾਤਮਾ ਤੁਹਾਡੀ ਹੈਲਪ ਜ਼ਰੂਰ ਕਰਦਾ। ਬਿਲਕੁਲ, ਇੱਥੇ ਗੱਲਾਂ ਬਾਤਾਂ ਸੁਣਦੇ ਆ, ਰੇਸਿਜ਼ਮ ਹੁੰਦਾ, ਵਿਮੈਨ ਆਫ ਕਲਰ ਨੂੰ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਪਰ ਜੇ ਓਪਰਚੁਨਿਟੀਜ਼ ਨਹੀਂ ਮਿਲਦੀਆਂ ਤਾਂ ਆਪਣੇ ਵਾਸਤੇ ਆਪ ਓਪਰਚੁਨਿਟੀਜ਼ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ। ਐਂਡ ਨਮਨ ਇਜ਼ ਵਨ ਆਫ ਦੀ ਐਗਜ਼ਾਮਪਲਸ, ਜਿਹੜੀ ਗਲਾਸ ਸੀਲਿੰਗ ਬ੍ਰੇਕ ਕਰਨ ਦੀ ਗੱਲ ਹੁੰਦੀ ਆ, ਦੀਜ਼ ਆਰ ਰੀਅਲ ਸਟੋਰੀਜ਼। ਜੇ ਨਮਨ ਕਰ ਸਕਦੀ ਆ ਤਾਂ ਕੋਈ ਵੀ ਕਰ ਸਕਦਾ।